बापू हुण मैं मेहनत करके जदों मेरे लवे पैसे होए सारा कुछ बना लूंगा। बापू किथे आ? ਕਿਹੜਾ ਬੋਲਟ ਦਾ ਯਾਰ।
ਵਧੀਆ ਨਾ ਕਲਾਸਿਕ ਵਧੀਆ ਪਰ ਸ਼ਾਮ ਨੂੰ ਫਿਰ ਕਿਹੜੇ ਚ ਬੈਠਣਾ ਫਿਰ ਉੱਥੇ ਆਪਾਂ ਵਗਣੀਆਂ ਤੇ ਠੀਕ ਹੈ ਬਾਬਾ ਗੱਲ ਵੀ ਵਧੀਆ ਗੱਲ ਹੈ ਪਤਾ ਹੀ ਆ ਭਾਈ ਤੈਨੂੰ ਤਾਂ ਠੀਕ ਹੱਥ ਨੇ ਮਿਲਦੇ ਆਪਾਂ ਠੀਕ ਇੱਥੇ ਸਾਰੀ ਜਾਣੀ ਵਿਹਲਾ ਫਿਰੀ ਜਾਂਦਾ ਪਹਿਲਾਂ ਗੱਲ 'ਚ ਅੰਗੂਠਾ ਲੈ ਕੇ ਬੋਲਟ ਮੋਟਰਸਾਈਕਲ ਲੈ ਲਿਆ ਹੁਣ ਕਹਿੰਦਾ ਮੈਂ 855 ਲੈਣਾ ਇਹਦਾ ਬੁੜਾ ਲੈ ਕੇ ਦਊ ਇਹਨੂੰ 855 ਸਾਰੀ ਜਿਹੜੀ ਇੱਥੇ ਵਿਹਲਾ ਫਿਰ ਜਾਏਗਾ ਇੱਧਰ ਨੂੰ ਨਾ ਕਰ ਇੱਧਰ ਨੂੰ ਲੰਘ ਗਿਆ ਆਪਾਂ ਨੂੰ ਗਰੁੱਡ ਆਪਣਾ ਉਂਗਲੀ ਲਾਉਣ ਦੀ ਲਾ ਤੀ ਹੁਣ ਫਿਰੀ ਉਹ ਬੁੜੇ ਨੂੰ ਗੱਲ ਗੱਲ ਉੱਠੇ ਦਿੰਦਾ ਤੋਰ ਤਾਂ ਆਪਣਾ ਕਿਹੜਾ ਉਂਗਲੀ ਲਾ ਕੇ ਆਪਣਾ ਇੱਥੋਂ ਘੁੰਮਦਾ ਫਿਰੀ ਜਾਣਦੇ ਕਦੇ ਇੱਧਰ ਨੂੰ ਲੈ ਜਾਂਦਾ ਬੁੜ ਕੇ ਇੱਧਰ ਨੂੰ ਅੱਜ ਦਊ ਬੁੜੇ ਦੇ ਗੱਲ ਉੱਠਾ ਵੀ ਲੈ ਕੇ 855 ਮੈਨੂੰ ਅਮਰੀਕਾ ਜਾ ਕੇ ਟਰੈਕਟਰ ਲਿਆਂਦਾ ਆਪਾਂ ਵੀ ਨਾ ਲੈ ਆਈਏ ਕੋਈ ਬਾਪੂ ਲਾ ਦਾਂਗੇ ਕੰਮ ਕਰਕੇ ਜੇ ਕੰਮ ਕਰੇਗਾ ਤਾਂ ਹੀ ਹੈ ਨਾ ਗੱਲਾਂ ਨਾ ਤਾਂ ਨਹੀਂ ਲੈਣੇ ਮੈਨੂੰ ਨਹੀਂ ਪਤਾ ਬਾਪੂ ਆਪਾਂ 855 ਲੈ ਕੇ ਆਉਣਾ ਚੱਲ ਦੇਖ ਲਾਂਗੇ ਤੇਰੇ ਚਾਚੇ ਨਾਲ ਸਲਾਹ ਕਰ ਲੂ ਫਿਰ ਠੀਕ ਆ ਓ ਜਗੇ ਹਾਂ ਵੀਰੇ ਕਿਵੇਂ ਪਿਆ ਬਸ ਵੀ ਪੈ ਤੀ ਮੈਂ ਤਾਂ ਹਾਂ ਵੀ ਪੈ ਗਿਆ ਤੀ ਬਸ ਅੱਛਾ ਉਹ ਦੋ ਦਿਨ ਹੋ ਕੇ ਸੁੱਕਾ ਖੜੇ ਪਿਆ ਪਿਆ ਹਾਂ ਕੀ ਕਹਿੰਦਾ ਕਹਿੰਦਾ ਟਰੈਕਟਰ ਲੈ ਕੇ ਦੀ ਕਿਹੜਾ ਟਰੈਕਟਰ ਆ ਬੜਾ 55 ਜਿਹੜਾ ਕਹਿੰਦੇ ਨੇ 855 ਹਾਂ ਅੱਛਾ ਇਹਦੇ ਨਾਲ ਹੀ ਕਹਿੰਦਾ ਕੰਮ ਚੱਲਦਾ ਹੈਗਾ ਉਹ ਕਿਹਾ ਦੀ ਮੈਂ ਤਾਂ ਟਰੈਕਟਰ ਕਿਤੇ ਮਾੜਾ ਹੈ ਇਹਦੇ ਹੋਣਾ ਚਾਹ ਕੰਮ ਕਰਦੇ ਹੀ ਇਹਦੇ ਨਾਲ ਇਹ ਵਧੀਆ ਵੀਰੇ ਟਰੈਕਟਰ ਦਾ ਇਹ ਵੀ ਵਧੀਆ ਫਿਰ ਹੁਣ ਖੜਿਆ ਪਿਆ ਪਿਆ ਅਸੀਂ ਕੀ ਕਰੀਏ ਫਿਰ ਕੋਈ ਪੁੱਛ ਲਿਆ ਉਹਨੂੰ ਉਹ ਦੇਖ ਲੈ ਕਹਿ ਜੇ ਉਹਦੇ ਨਾਲ ਕਰ ਦੇਗਾ ਉਹ ਲੈ ਦਿੰਦੇ ਹਾਂ ਕਹਿੰਦਾ ਤਾਂ ਹੈਗਾ ਵੀ ਨਵੇਂ ਟਰੈਕਟਰਾਂ ਨਾਲ ਕਰੂੰ ਖੇਤੀ ਉਹ ਤਾਂ ਠੀਕ ਹੈ ਵੀ ਪੁਰਾਣਾ ਹੋ ਗਿਆ ਟਰੈਕਟਰ ਚੱਲ ਨਵਾਂ ਨਵਾਂ ਹੀ ਹੁੰਦਾ ਹੈ ਨਾ ਚੱਲ ਜਾਣੀ ਹੈ ਹੁਣ ਮੈਂ ਪਹਿਲਾਂ ਬੋਲਟ ਲੈ ਕੇ ਦਿੱਤਾ ਜਦ ਕਹਿੰਦੀ ਵੀ ਚੱਲ ਥੋੜ੍ਹਾ ਜਿਹਾ ਹੋਰ ਲਾ ਦੇਖਣਾ ਪੈਸੇ ਡੁੱਕਰ ਦਾ ਵੀ ਦੇਖਣਾ ਪੈਂਦਾ ਇਹ ਤਾਂ ਸਹੀ ਗੱਲ ਹੈ ਜੇ ਬੜਾ ਕਹਿੰਦਾ ਫਿਰ ਲੈ ਦੇ ਚੱਲ ਲੈ ਦਿੰਦੇ ਫਿਰ ਤਾਂ ਕੀ ਹੈ ਲੈ ਦਿੰਦੇ ਹਾਂ ਹੋਰ ਫਿਰ ਕੰਮ ਕਰੀ ਜਾਊ ਕਰੀ ਜਾਊ ਕੰਮ ਦਾ ਹਰ ਕਰੀ ਜਾਊ ਹੈਂ ਕਰੀ ਜਾਊ ਕੰਮ ਹੁਣ ਉਮਰ ਹੈ ਲੈ ਦਿੰਦੇ ਹਾਂ ਹੋਰ ਜੋਗਾ ਸਿੰਘ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਜੀ ਵਧੀਆ ਹੋਰ ਪਿੰਡ ਦਾ ਬਸ ਵਧੀਆ ਜੀ ਫਸਲ ਬਾੜੀ ਕਿਵੇਂ ਜੀ ਬਹੁਤ ਵਧੀਆ ਠੀਕ ਠਾਕ ਜੀ ਠੀਕ ਠਾਕ ਹਾਂਜੀ ਹਾਂਜੀ ਕਿਵੇਂ ਆਉਂਦੇ ਹੋਏ ਬਸ ਜੀ ਮੈਂ ਤਾਂ ਹੀ ਆਇਆ ਸੀ ਥੋੜ੍ਹਾ ਜਿਹਾ ਉਹ ਮੁੰਡਾ ਖੇੜੇ ਪੈ ਗਿਆ ਕਹਿੰਦਾ ਟਰੈਕਟਰ ਬਦਲਣਾ ਹੈ ਹੈਗਾ ਸੀ ਟਿੱਕਾ ਸਿੰਘ ਹੈਗਾ ਤੀ ਸੇਠ ਜੀ ਟਰੈਕਟਰ ਤੋਂ ਫਿਰ ਉਹ ਸਾਰਦਾ ਨਹੀਂ ਸੀ ਕੰਮ ਸਾਰਦਾ ਜੀ ਸਭ ਕੁਛ ਸਾਰਦਾ ਹੈ ਮੁੰਡਾ ਖੇੜੇ ਪੈ ਗਿਆ ਮੁੰਡਾ ਤਾਂ ਖੇੜੇ ਪੈ ਗਿਆ ਮੁੰਡਾ ਅੱਜ ਕੱਲ੍ਹ ਇਹੋ ਜਿਹੇ ਨੇ ਮੁੰਡੇ ਮੁੰਡੇ ਅਤੇ ਹੁਣ ਕੀ ਕਰੀਏ ਜੀ ਦੇਖੋ ਪੈਸੇ ਤਾਂ ਜੱਗਾ ਸਿੰਘ ਤੈਨੂੰ ਮਿਲ ਜਾਣਗੇ ਆਪਣੀ ਪੁਰਾਣੀ ਲਿਹਾਜ਼ ਆ ਪਰ ਮੁੰਡੇ ਦਾ ਖਿਆਲ ਰੱਖ ਮੁੰਡੇ ਤਾਂ ਜੀ ਹੁਣ ਖਿਆਲ ਹੈ ਹੁਣ ਮੁੰਡੇ ਦਾ ਤਾਂ ਕਿੰਨੇ ਪੈਸੇ 4 ਲੱਖ ਰੁਪਏ ਚਾਹੀਦੇ ਜੇ ਕਹਿੰਦਾ 4 ਲੱਖ ਰੁਪਏ ਦਾ ਤੈਨੂੰ ਮਿਲ ਜੂਗਾ ਬਸ 2% ਦਾ ਬਿਆਜ ਥੋੜ੍ਹੇ ਬੜੇ ਲੈਸ ਲੈਸ ਤਾਂ ਜੱਗਾ ਸਿੰਘ ਹੋਣਾ ਨਹੀਂ ਥੋੜ੍ਹੇ ਜੀ ਪਤਾ ਕਾਰਨ ਕਿਆ ਖਾਤੇ ਨਾਲ ਸਿੱਧੀ ਪੇਮੈਂਟ ਆਉਂਦੀ ਆ ਹੁਣ ਸਾਨੂੰ ਵੀ ਡਰ ਹੋਇਆ ਪਿਆ ਇਹਦਾ ਆਪਣੀ ਪੁਰਾਣੀ ਲਿਹਾਜ਼ ਕਰਕੇ ਤੈਨੂੰ ਪੈਸੇ ਦੇ ਰਿਹਾ ਚਲੋ ਜੀ ਤੁਹਾਡੀ ਮਰਜ਼ੀ ਚਲੋ ਠੀਕ ਹੈ ਹੋਰ ਮਿਲਦੇ ਮਿਲਦੇ ਰਿਹਾ ਕਰੋ ਠੀਕ ਹੈ ਤੁਹਾਡਾ
ਲੈਤਾ ਬੱਤ ਹੁਣ ਤੈਨੂੰ ਟਰੈਕਟਰ ਨਵਾਂ ਅੱਛਾ ਬਾਪੂ ਠੀਕ ਹੈ ਇਹ ਨਾ ਹੋਵੇ ਵੀ ਹੁਣ ਕੰਮ ਨਾ ਕਰੇ ਕਰੂੰਗਾ ਬਾਪੂ ਮਿਹਨਤ ਤੈਨੂੰ ਪੂਰੀ ਕਰਨੀ ਪਊਗੀ ਠੀਕ ਹੈ ਇਹ ਨਾ ਹੋਵੇ ਕਿਤੇ ਫੋਕੇ ਟੌਰ ਬਣਾਉਂਦਾ ਫਿਰੀ ਜਾਵੇਂ ਠੀਕ ਹੈ ਬਾਪੂ ਇਹ ਜਿਹੜੀ ਚੀਜ਼ ਮੰਗਦਾ ਪਹਿਲਾਂ ਤੈਨੂੰ ਵੋਟ ਲੈ ਕੇ ਦਿੱਤਾ ਫਿਰ ਤੈਨੂੰ ਟਰੈਕਟਰ ਲੈ ਕੇ ਦਿੱਤਾ ਆਪਦਾ ਸੰਭਾਲ ਕੇ ਰੱਖੀ ਫਿਰ ਮੇਰਾ ਬੋਲਿਆ ਯਾਰ ਠੀਕ ਹੈ ਬਾਅਦ ਫਿਰ ਤੰਗ ਹੋਵੇਗਾ ਤੂੰ ਜੇ ਨਾ ਕੰਮ ਦਿੱਤਾ ਠੀਕ ਹੈ ਬਾਪੂ दवाई नहीं चलती इन्हां दी चलदी है जी दवाई अज ले नहीं सवेरे दवाई लैनी दी दवाई तुसी कातो छड़ती खत्म हो गई जी दवाई दर्द होंदा हुण किथे दर्द होंदा वेर दी होंदा जी बठाओ जी इत्थों फड़ लो फड़ के रख माड़ा बुढ़ा फड़ के रख कहिंदे हां कोई नहीं कोई नहीं कोई नहीं आपां बीपी चेक करते हैं बस घबराउण वाली गल नहीं पानी पिलाता सी पानी पिलाता सवेरे कुछ खादा थी थोड़ा जहा चाह पीते कोई नहीं कोई नहीं कोई नहीं बढ़िया बीपी बढ़ गया सवेरे टेंशन ना लिया तुम ਉਹਨੂੰ ਪਤਾ ਹੀ ਹੈ ਜੀ ਹੋਰ ਟੈਨਸ਼ਨ ਉਹਨੂੰ ਗਿੰਦਾ ਕਿੱਥੇ ਆ ਕਿੱਥੇ ਆਪਣਾ ਉਹ ਸੁੱਖ ਕਿੱਥੇ ਆ ਉਹ ਖਬਰਾਂ ਕਿੱਥੇ ਜੀ ਉਹ ਫੋਨ ਨਹੀਂ ਕਰਿਆ ਉਹ ਕਰਿਆ ਤੀ ਜੀ ਚੱਕਦੀ ਨਹੀਂ ਹੈਗਾ ਫੋਨ ਬਾਹਰ ਅੰਦਰ ਫਿਰੀ ਜਾਂਦਾ ਉਹ ਯਾਰ ਇਹਦਾ ਗੌਰ ਕਰੋ ਵਿਚਾਰੇ ਦੀ ਯਾਰ ਤਾਂ ਹੁਣ ਟੁੱਟਾਂ ਦੀ ਤਾਂ ਪ੍ਰੋਬਲਮ ਹੈ ਇਹਨੂੰ ਬਹੁਤ ਜ਼ਿਆਦਾ ਆ ਗੋਲੀ ਚੂਸ ਲਓ ਜੀ ਆ ਗੋਲੀ ਚੂਸ ਲਓ ਮੂੰਹ ਚ ਪਾ ਲਓ ਜੀ ਚੂਸ ਲਓ ਜੀ ਥੱਲੇ ਧਰ ਲਓ ਜੀ ਇਹਨੂੰ ਬਸ ਲੱਗਦਾ ਨਾ ਮੁੰਡੇ ਨੂੰ ਮੈਂ ਕਰ ਲੂੰ ਫੋਨ ਉਹਨੂੰ ਹੈ ਨਾ ਤੁਹਾਨੂੰ ਕਰਨਾ ਫੋਨ ਉਹਨੂੰ ਬਸ ਰਹਿਣ ਦੇ ਨਹੀਂ ਫਿਰ ਤੂੰ ਔਖਾ ਯਾਰ ਇਹ ਤਾਂ ਤੇਰੀ ਦਵਾਈ ਚੱਲਦੀ ਆ ਦਵਾਈ ਤਾਂ ਤੇਰੀ ਠੀਕ ਹੈ ਜਿਹੜੀ ਅੱਜ ਹੈ ਕਿੱਥੇ ਉਹ ਖਬਰਾਂ ਕਿੱਥੇ ਤੱਕ ਕਹਿੰਦੇ ਯਾਰ ਇਹਨਾਂ ਨੂੰ ਲੈ ਕੇ ਜਾਓ ਪਟਿਆਲੇ ਜਿੱਥੋਂ ਦਵਾਈ ਚੱਲਦੀ ਹੈ ਨਾ ਦਿਖਾ ਦਿੰਦੇ ਹਾਂ ਜੀ ਪਰ ਪਟਿਆਲੇ ਦਿਖਾ ਦਿੰਦੇ ਹਾਂ ਪਟਿਆਲੇ ਦਿਖਾਓ ਜਿੱਥੇ ਕੋਲੰਬੀਆ ਚੋਂ ਡਾਕਟਰ ਦੀ ਦਵਾਈ ਠੀਕ ਲਿਖੀ ਹੋਈ ਹੈ ਇਹ ਸਾਰੇ ਨਾਲ ਲਿਆ ਮੈਂ ਹਾਂ ਕੋਈ ਨਹੀਂ ਤੁਸੀਂ ਉਹਨੂੰ ਜਾ ਕੇ ਪਾਓ ਮੈਂ ਗਿੰਦੇ ਨੂੰ ਉਹਨੂੰ ਕਰਦਾ ਫੋਨ ਸੁੱਖ ਨੂੰ ਠੀਕ ਹੈ ਠੀਕ ਹੈ ਜੀ ਹਾਂ ਆਪਾਂ ਜਿਵੇਂ ਵੀ ਆ ਫਿਰ ਮੈਂ ਉਹਨਾਂ ਨਾਲ ਕਰਦਾ ਤਾਲਮੇਲ ਉਹਨੂੰ ਮੈਂ ਬੁਲਾਉਣਾ ਮੈਂ ਬੁਲਾਉਣਾ ਕੋਈ ਨਹੀਂ ਹੌਲੀ ਲੈ ਕੇ ਗੱਲ ਨੂੰ ਬੀਪੀ ਥੋੜਾ ਜ਼ਿਆਦਾ ਮੈਂ ਸਮਝਾਉਣਾ ਫਿਰ 5 ਵਜੇ ਡਾਕਟਰ ਬੈਠਦਾ 2:30 ਵਜੇ ਠੀਕ ਹੈ ਜੀ ਹਾਂ 5 ਤੋਂ 7 ਵਜੇ ਤੱਕ ਆਪਾਂ ਅਪਾਇੰਟਮੈਂਟ ਲੈ ਲੈਣਾ ਡਾਕਟਰ ਤੋਂ ਠੀਕ ਹੈ ਜੀ ਮੈਂ ਬਾਅਦ ਚੱਲੂ ਨਾਲ ਕੋਈ ਗੱਲ ਨਹੀਂ ਹਾਂ ਦੇਖ ਲਈ ਨਾਲ ਬਾਜੀ ਕੋਈ ਨਹੀਂ ਮੈਂ ਦੇਖਦਾ ਹਨਾ ਠੀਕ ਹੈ ਹਾਂ ਠੀਕ ਹੈ ਹੌਲੀ ਲੈ ਕੇ ਜੀ ਠੀਕ ਹੈ ਧਿਆਨ ਨਾਲ ਥੋੜਾ ਜਿਹਾ ਹਨਾ ਹਾਂ ਮੈਂ ਕਰਦਾ ਉਹਨੂੰ ਬੁਲਾਉਣਾ ਮੈਂ ਉਰੇ ਹੈਲੋ ਸੁੱਖ ਸਤਿ ਸ਼੍ਰੀ ਅਕਾਲ ਕਿੱਥੇ ਆ ਤੇਰੇ ਡੈਡੀ ਨੇ ਵੀ ਫੋਨ ਕਰਿਆ ਤੀ ਚੱਕਿਆ ਨਹੀਂ ਤਾਂ ਫੋਨ ਉਹਦਾ ਚੱਲ ਹੋ ਰਿਹਾ ਹੁਣੇ ਦੁਕਾਨ 'ਤੇ ਆ 5 ਮਿੰਟਾਂ 'ਚ ਹਾਂ ਹੁਣ ਸਿੱਧੇ ਹੀ ਆਏ ਠੀਕ ਹੈ ਓਕੇ
मेहनत करदा दिन रात ओनू प्रॉब्लम आ गई टेंशन ले गया बहुत ज्यादा ओनू गिंदा लेके आया ते सुनिया नहीं हुण मैं घरे भेजता ओ आपां डॉक्टर तो टाइम लैने आ ਉਹਦੇ ਸਟੰਟ ਵਗੈਰਾ ਪਊ ਮੈਨੂੰ ਲੱਗਦਾ ਡਾਕਟਰ ਨੇ ਲਿਖਿਆ ਹੋਇਆ ਰਿਪੋਰਟ ਚਾ ਦੇਖੋ ਕਿੰਨਾ ਖਰਚਾ ਜੀ ਖਰਚਾ ਘੱਟੋ ਘੱਟ 1.5 ਲੱਖ ਰੁਪਏ ਲੱਗੂ 1.5 ਲੱਖ ਤਾਂ ਉਹ ਕਿੱਥੇ ਲੱਗਣਾ 1.5 ਲੱਖ ਤਾਂ ਹੁਣ ਦੇਖ ਤੈਨੂੰ ਬਾਪੂ ਚਾਹੀਦਾ ਨਹੀਂ ਜੇ ਤਾਂ ਫਿਰ ਤਾਂ 1.5 ਲੱਖ ਦਾ ਰਹਿਣ ਦੇ ਹੀਲਾ ਜੇ ਤੈਨੂੰ ਬਾਪੂ ਚਾਹੀਦਾ ਫਿਰ 1.5 ਲੱਖ ਦਾ ਹੀਲਾ ਕਰਨਾ ਪਊ ਕਿੱਥੋਂ ਮਰਜ਼ੀ ਕਰ ਬਾਪੂ ਹੀ ਚਾਹੀਦਾ ਤਾਂ ਬਾਪੂ ਹੀ ਸਭ ਕੁਛ ਬਾਪੂ ਨੇ ਪਹਿਲਾਂ ਸਮਾਨ ਦਿਲਵਾ ਕੇ ਲੈ ਕੇ ਦਿੱਤਾ ਤੈਨੂੰ ਬਾਪੂ ਨੇ ਐਸ਼ ਕਰਾ ਦਿੱਤੀ ਫੁੱਲ ਕਰਾਈਆ ਕਿ ਨਹੀਂ ਹਾਂ ਕਰਾਈਏ ਫਿਰ ਬੋਲਟ ਵੀ ਦੇ ਦਿੰਦਾ हाँ बुलट बेच जो मर्जी कर तेरे बापू का हीला कर यार बेचारा मरजू तेरा वो कि तू रुल जाएगा तेन ट्रैक्टर दवाता बुलट दवाता कदम तेरे ऐश प्रस्ती कपड़े मांगा तेन कपड़े दवादा वो है ना हाँ कम तू करता नहीं चंगे बंद दोस्ती रख वधिया बंद यह सड़ते जी मंडीर इन्होंने तेरा कोई वो नहीं करना सही गल है जी तू वह हीला कर आप डॉक्टर तो टाइम लें मैं चलू तेरे पांच बजे बैठता डॉक्टर ठीक है ठीक है आप दिखा के ऑपरेशन वगैरह कराओ यार बेचारा नहीं बहुत औखा अच तो रो रहा थी ठीक है तू घरे गया नहीं है ना ना मैं हूँ सीधे आए तो ने बुलाया हाँ घरे जा यार तू तो देखभाल कर आप दो घंटे तक लेके जाने ठीक है कोई है जी बुलट लगा के भेज दें फिर बुलट आप बुलट तो बका दें बका पुछ लें आप हाँ ये की करना लोहा तेरे बापू का इलाज कराइए कोई गल नहीं बदन कटन के आप ला देंगे मैं दे दूँ पैसे कोई गल नहीं है यार होर बेचारे का अपना इलाज करा दिए मैं बुलट का पूछा मुंडे नूं कहिंदा सी मैनूं उरे उहनां दा मुंडा ठीक खार वालां दे कह रहा थी मैं पूछ लैंदा एक मिनट च हां जी हां भीरे की हाल आ लैणा बुलट अपने पिंडे आ इत्थी ओ लोड़ आ यार बेचारे नूं उहनूं मुंडे नूं अपने अपने जग्गे दा मुंडा बेच रहा सुख आ जाओ कोई नहीं मैं दुकान ती हाँ तेरे डैडी लै नाल कोई नहीं कर लेंगे आप देख लेंगे मोटरसाइकिल तो नवा ही है तेनों पता ही है ना ठीक है आ जाओ ओके चल हूँ होगी गल ठीक है आने वो ठीक है आप फिर करिए यार हीला ओदा बजा इलाज कराइए ठीक है ध्यान नाल चलया कर सुख ठीक है ध्यान नाल ही चलन तुसी समझ आ जरूरी है देख सारा कुछ यार तेरे बापू नाल आ हां जी हां है कि नहीं तो तू मानदा गल हां जी हां बस ध्यान रखनी है गल ठीक है ध्यान रखा कर भाई ठीक हां धंधा कराया कर हाथ बनाया कर नाल बड़ा तू वेला रहना बहुत ज्यादा काम कराया कर नाल अच्छा हाँ जी डॉक्टर साहब किवें बुलाया जी मोटरसाइकिल हाँ जी हाँ जी अच्छा जी हाँ देख लिया जी मोटरसाइकिल ठीक है मोटरसाइकिल ठीक है मुंडा अपना किन्ने मॉडल है जी किने मॉडल है 21 है 21 मॉडल हाँ आज पिछले साल वाली है हाँ चलो साफ है वधिया मोटरसाइकिल हाँ तो संभाल के चलो मुंडा अच्छा बेचना हुण तुसीं ने हाँ बेचना जी ने हाँ मैनूं बुलाया फिर तुसीं दसो भी किथे है बघेला पटियाले पढ़न गया होया अच्छा वो तो उत्थे रहिंदा उहने भेजा मैं
ਅੱਛਾ ਅੱਛਾ ਮੈਂ ਕਰਿਆ ਤੂੰ ਫੋਨ ਹਾਂ ਉਹਨੇ ਭੇਜਿਆ ਵੀ ਜਾ ਕੇ ਮੋਟਰਸਾਈਕਲ ਤੇ ਉੱਥੇ ਜਾ ਕੇ ਦੇਖ ਕੇ ਦੇਖਾ ਹਾਂ ਠੀਕ ਹੈ ਕਿੰਨੇ ਪੈਸੇ ਲੈਣੇ ਨੇ ਤਾਂ ਹਾਂ ਬਾਈ 1.5 ਲੱਖ ਦੇ ਨੇ ਦੋ ਦਾ ਘਟਾਇਆ ਤੀ ਬਈ ਹੁਣ ਦੇਖ ਕੇ ਇਹ ਪੁਰਾਣਾ ਫਿਰ ਕਰ ਮਰਜੀ ਹੈ ਇਹਦਾ ਹੁਣ ਇਹ ਰੇਟ ਨਹੀਂ ਇੰਨਾ ਹੈਗਾ ਘੱਟ ਕਰੋ ਥੋੜਾ ਜਿਹਾ ਆਪਣਾ ਫਰਕ ਹੈ ਕੋਈ ਤੂੰ ਵੀ ਜਾਣਦਾ ਜਾਏ ਵੀ ਜਾਣਾ ਲਓ ਜੀ ਆਹ ਫਿਰ ਸੁੱਖ 1,45,000 ਰੁਪਏ ਤੈਨੂੰ ਦਵਾ ਦਿੰਦੇ ਆ ਠੀਕ ਹੈ ਜੀ ਬਾਬਾ ਜੀ ਠੀਕ ਹੈ ਜੀ ਚਲੋ ਹਾਂ ਠੀਕ ਹੈ ਜੀ ਠੀਕ ਹੈ ਉਹ ਬੈਠਾ ਬਾਪੂ ਮਥਾ ਠੀਕ ਹੋਇਆ ਤੇ ਹੁਣ ਫੇਰ ਮੋਟਰ ਤੇ ਆ ਗਿਆ ਚੱਲ ਦੇਖਦਾ ਬਾਪੂ ਨੂੰ ਬਾਪੂ ਕਾਹਦਾ ਬਿਮਾਰ ਹੋ ਗਿਆ ਸੀ ਆਹ ਕਣਕੀ ਮਾੜੀ ਰਹਿ ਗਈ ਬਾਪੂ ਇੱਥੇ ਕੀ ਕਰਦਾ ਬਿਮਾਰ ਦੀ ਤੂੰ ਘਰੇ ਆਰਾਮ ਕਰ ਲੈਂਦਾ ਉਹ ਕੋਈ ਨਾ ਭਾਈ ਬਿਮਾਰ ਨੂੰ ਕੀ ਹੈ ਘਰੇ ਮੇਰਾ ਜੀ ਘੱਟ ਲੱਗਦਾ ਅੱਛਾ ਬਾਪੂ ਫੇਰ ਮੈਂ ਚੱਲ ਮੈਂ ਲਾਈਟ ਚੱਲਦੀ ਹੈ ਦੋ ਘਰੇ ਭਰ ਦਿੰਦਾ ਉੱਚ ਮਸ਼ੀਨ ਭਰਨ ਵਾਲਾ ਦੀ ਠੀਕ ਆ ਬਾਪੂ ਸੁੱਖੋ ਮੋਟਰਸਾਈਕਲ ਦਾ ਪੁੱਤ ਹਾਂ ਬਾਪੂ ਬੁਲਟ ਉਹ ਵੇਚ ਤਾ ਦੀ ਬਾਪੂ ਜਦੋਂ ਤੂੰ ਬਿਮਾਰ ਹੋ ਗਿਆ ਤੀ ਅੱਛਾ ਹਾਂ ਮੈਨੂੰ ਨਹੀਂ ਪਤਾ ਉਹ ਮੈਂ ਵੇਚ ਤਾ ਦੀ ਬਾਪੂ ਵੀ ਪੈਸਾ ਨਾ ਹੈਗਾ ਨਹੀਂ ਤੀ ਲਵੇ ਉਹ ਤਾਂ ਤੈਨੂੰ ਦੱਸੀ ਦੀ ਤੈਨੂੰ ਮੈਂ ਥੋੜਾ ਸਮਝਿਆ ਹਾਂ ਬਾਪੂ ਹੁਣ ਮੈਨੂੰ ਸਮਝ ਲੱਗ ਗਈ ਫੋਕੀ ਟੋਰਾ ਦਾ ਕੋਈ ਫਾਇਦਾ ਨਹੀਂ ਹੈਗਾ ਬਹੁਤ ਫੋਕੀਆਂ ਟੋਰਾ ਮਾਰ ਗਿਆ ਤੂੰ ਪਹਿਲਾਂ ਬੁਲਟ ਵੇਲੇ ਤਾਂ ਮੈਨੂੰ ਬਹੁਤ ਹੈਰਾਨ ਕਰਿਆ ਹਾਂ ਬਾਪੂ ਫੇਰ ਟਰੈਕਟਰ ਵੇਲੇ ਦੇਖ ਲੈ ਤਾਂ ਕਿੰਨਾ ਕਰਿਆ ਬਾਪੂ ਹੁਣ ਮੈਂ ਮਿਹਨਤ ਕਰਕੇ ਜਦੋਂ ਮੇਰੇ ਲਈ ਪੈਸੇ ਹੋਏ ਸਾਰਾ ਕੁਝ ਬਣਾ ਲਊਂਗਾ ਤੇ ਅੱਜ ਤੋਂ ਬਾਅਦ ਮੈਂ ਫੁਕਰੇ ਮੁੰਡਿਆਂ ਨਾਲ ਨਹੀਂ ਰਲਦਾ ਹੈਗਾ ਤੇ ਫੋਕੀ ਟੋਰਾ ਨਹੀਂ ਹੁਣ ਮਾਰੂੰਗਾ ਬਾਪੂ ਵਧੀਆ ਰਹੇਗਾ ਪੁੱਤ ਬਚ ਰਹੇਗਾ ਹਾਂ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜਿਵੇਂ ਮੇਰਾ ਮੁੰਡਾ ਸੁਧਰਿਆ ਸਭ ਦੇ ਮੁੰਡੇ ਇਸ ਤਰ੍ਹਾਂ ਹੀ ਸੁਧਰਨ ਇਹਨਾਂ ਫੁਕੀਆਂ ਟੋਰਾਂ 'ਚ ਕੁਛ ਨਹੀਂ ਰੱਖਿਆ ਹਾਂਜੀ ਸਤਿ ਸ਼੍ਰੀ ਅਕਾਲ ਗਾਈਜ਼ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਵਧੀਆ ਹੋਣਗੇ ਤੁਹਾਨੂੰ ਕਿੱਦਾਂ ਲੱਗੀ ਸਾਡੀ ਵੀਡੀਓ ਉਮੀਦ ਆ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਸਾਡੀ ਇੱਦਾਂ ਹੀ ਨਵੀਆਂ ਤੋਂ ਨਵੀਆਂ ਵੀਡੀਓਆਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਅਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਕੋਲ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨਾਂ ਜਲਦੀ ਪਹੁੰਚ ਸਕਣ ਤੁਹਾਡੇ ਵਾਸਤੇ ਇੱਦਾਂ ਹੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ